ਅਲੇ ਸਾਰੇ ਦੁਆ ਪਿੰਡਣ ਆਇਓ ਮੇਰਾ ਪਾਕ ਅੱਲਾ ਅੱਜ ਦੇ ਜਿਤਨੇ ਵੀ ਬਾਣੀ ਹੈ ਉਹਨਾਂ ਦੀ ਤੌਫੀਕਾਤ ਦੀ ਬਰਕਤ ਫਰਮਾ ਮੇਰਾ ਪਾਕ ਅੱਲਾ ਜਿਤਨੇ ਆਜ਼ਾਦਾ ਹੁਸੈਨ ਟੋਲ ਕੇ ਆਏ ਇਹਨਾਂ ਦੇ ਸਗੀਰ ਉਹ ਕਬੀਰਾ ਗੁਨਾਹ ਮਾਫ ਫਰਮਾ ਮੇਰਾ ਪਾਕ ਅੱਲਾ ਜੋ ਬਿਮਾਰ ਹਨ ਸਿਹਤ ਯਾਬੀ ਅਤਾ ਫਰਮਾ ਜੋ ਬੇ ਔਲਾਦ ਹਨ ਹਯਾਤੀ ਅਲੇ ਫਰਜ਼ੰਦ ਅਤਾ ਫਰਮਾ ਮੇਰਾ ਪਾਕ ਅੱਲਾ ਜਿਤਾ ਜਿਤਾ ਆਜ਼ਾਦਾ ਇਹ ਹੁਸੈਨ ਦੀ ਬਈਉਂ ਦੀ ਆਮ ਮੁਹੱਬਤ ਫਰਮਾ ਪਹਿਲੀ ਔਰ ਆਖਰੀ ਦੁਆਏ ਕੋਸ਼ਿਸ਼ ਕਰਾਏ ਸਾਰੇ ਆਮੀਨ ਰੱਖੇ ਮੇਰਾ ਪਾਕ ਅੱਲਾ ਇਮਾਮ ਜ਼ਮਾਨਾ ਦਾ ਜਲਦ ਮਾਸ਼ਾਅੱਲਾ ਕਾਫੀ ਬੈਠੀ ਹੋ ਸੋਹਣੀ ਸਲਵਾਤ ਪੜ੍ਹੋ ਮੇਰਾ ਤਾਂ ਕਸੀਦੇ ਦੇ ਦਿਲ ਕੋ ਨਹੀਂ ਲੇਕਿਨ ਭਈਆ ਦਿਨ ਹੀ ਕਸੀਦਾ ਪੜ੍ਹੋ ਜਾ ਤੁਹਾਡੀ ਇਜਾਜ਼ਤ ਹੈ ਇਹ ਮੈਂ ਯਕੀਨ ਹੈ ਜਿਹੜੇ ਬਹਿ ਗਏ ਨੇ ਹੁਣ ਵਹਿੰਦੇ ਨਹੀਂ ਕਿਵੇਂ ਨਾ ਬਾਬਾ ਬਿਸਮਿਲ੍ਲਾ ਤੁਹਾਡੀਆਂ ਜ਼ਿੰਦਗੀਆਂ ਹਨ ਬਾਬਾ ਕਸੀਦਾ ਸੁਣਾਵਾ ਭਾਈ ਕਸੀਦਾ ਸ਼ੁਰੂ ਕਿਆ ਕਹਿਣਾ ਬਾਬਾ ਕੋਈ ਵਜ਼ਾਤ ਨਹੀਂ ਕੋਈ ਤਸ਼ਰੀਹ ਨਹੀਂ ਕਸੀਦਾ ਸੁਣਾਉਣਾ ਚਾਹੁੰਦਾ ਖੈਬਰ ਦੇ ਮੈਦਾਨ ਦਾ ਕਿਉਂਕਿ ਇਨ ਟਾਈਮ ਇਹ ਬੁਲੇ ਸਨ ਤਾਂ ਖੈਬਰ ਦੇ ਮੈਦਾਨ ਦੇ ਕਸੀਦੇ ਦੇ ਬੁਲੇ ਸਨ ਬਈ ਜਾਨ ਖੈਬਰ ਦਾ ਮੈਦਾਨ ਹੈ ਮੁਹੰਮਦ ਮੁਸਤਫਾ ਪਰੇਸ਼ਾਨ ਹੈ ਖਾਲਿਕ ਮਾਲਿਕ ਦੇ ਬਸ ਦੇ ਕਹਿੰਦਾ ਉਹ ਮੇਰਾ ਖਾਲਿਕ ਮਾਲਿਕ ਮੈਂ ਪਰੇਸ਼ਾਨ ਹਾਂ ਮੇਰੀ ਮਦਦ ਕਰ ਮੈਂ ਕਸੀਦਾ ਪਿਆ ਸੁਣਾਉਣਾ ਭਾਈ ਥੋੜੀ ਜਵਾਬ ਵਧਾ ਲਾਲਾ ਮੈਂ ਪਰੇਸ਼ਾਨ ਹਾਂ ਮੇਰੀ ਮਦਦ ਕਰ ਖਾਲਿਕ ਮਾਲਿਕ ਦੀ ਆਵਾਜ਼ ਆਉਂਦੀ ਉਹ ਮੇਰਾ ਪਿਆਰਾ ਮਹਿਬੂਬ ਮੇਰਾ ਸੋਹਣਾ ਮਦਨੀ ਅਗਰ ਤੂੰ ਮਦਦ ਮੰਗਦਾ ਹੈ ਮੈਂ ਕਿਸੇ ਚੀਜ਼ ਦਾ ਇੰਤਜ਼ਾਰ ਮੈਂ ਕਿ ਆ ਵੰਜੇ ਤਾਂ ਤਸੱਲੇ ਨਾਲ ਪੜਸਾ ਬਲੰਦ ਸਲਵਾਤ ਪੜ੍ਹੋ ਮੇਰੀ ਗੱਲ ਯਾਦ ਹੈ ਨਾ ਮੁਹੰਮਦ ਮੁਸਤਫਾ ਸਰਤਾਜ ਅੰਬੀਆ ਜਿਹਨਾਂ ਆਖਿਆ ਨਾ ਖਾਲਿਕ ਮਾਲਿਕ ਮੇਰੀ ਮਦਦ ਕਰ ਖਾਲਿਕ ਮਾਲਿਕ ਦੀ ਆਵਾਜ਼ ਆਉਂਦੀ ਉਹ ਮੇਰਾ ਪਿਆਰਾ ਮਹਿਬੂਬ ਮਿੱਠਾ ਮਦਨੀ ਮਦਦ ਵਾਸਤੇ ਸੱਜਣਾ ਤਾਂ ਉਹ ਕੁਛ ਜਿਹੜਾ ਤੇਰਾ ਨਵੇਂ ਕਲੀ ਮਦਦ ਬਣ ਕੇ ਆਇਆ ਹੈ
توجہ بھائی ہن خیال میرے پاسے او کو سعد جڑا سارے ولیاں دی مدد بن کے آیا محمد مصطفی سرکار دی انبیاء سونے تے میٹھے مدنی نے مدینے والے پاسے ڈٹھا تے اپنے سونے بھلا کو سعد ماری سونے القاب دے نال سناوا چا سونی سلوات پڑھو تے میں قصیدہ سناواں بھائی محمد مصطفی سرتاج انبیاء سونا تے میٹھا مدنی مدینے والے پاس دیکھ کے جڑی فضا کو صد ماری ہے او اے عین اللہ اے اذن اللہ یہ کون پیا دے محمد مصطفی سونے ارکاب دے نال تھوڑی جی کرے یار اے عین اللہ ایوزن اللہ لیسان اللہ اے وجہ اللہ کیا تو کچھ سمجھنے لگی یہ تو سنے مال کا پڑھیں بھائی تھوڑی دن گیا ہوئے ہیں امام زمانہ تو انوالتا ہے کہ جو کچھ سمجھنے لگی اے این اللہ اللہ یہ تو دیکھانا اللہ اے اوزن اللہ اللہ یہ سنانا اللہ لسان اللہ اللہ یہ تو بولانا اللہ اللہ جے گیا اللہ دیا لو سین صدر توجہ کرنی اے این اللہ اے اذن اللہ لسان اللہ اے وجہ اللہ اے کرم اللہ نور خدا اے سیف اللہ محبت ہے امام زمانہ تو نوازدہ رکھے نیاز حسین صدر توجہ کرنی ہے اے میرے مرتضیٰ آجا ناصر انبیاء آجا اے میرے مرتضیٰ آجا ناصر انبیاء آجا بہت بڑی مہربانی بھائی سب طرح سمجھ رہے ہیں اچھا محمد مصطفیٰ جو سدے آئے علی مرتضیٰ آئے بابا جان مہینے ادا نہ حق گل کوئی نہیں مکی علی مرتضیٰ خیبر نے میدان چین علی مرتضیٰ دی پئی محمد مصطفیٰ دی نگاہ توجہ بھائی محمد مصطفیٰ دی پئی علی مرتضیٰ دی نگاہ علی مرتضیٰ دی پئی بھج دے ہوئے فوجیاں دی نگاہ محمد مصطفیٰ دے پاس رہ گئے دن مولا کیا ہویا یہ کیوں ہوتے بھج دن انہاں کو یہ جو 39 دن جنگ شروع ہوئی ہے ختم ہی نہیں تھئی نہ کوئی انم ہوئے نہ کوئی انم ہوئے جنگ ہوئی کی ہے میں نہ کوئی حال پوچھ دا جنگ کی میں ہوئی ہے بابا جان جدہ علی مرتضیٰ گھر کی دیئے محمد مصطفیٰ ساتھ جنبیا مسکرا کے علی مرتضیٰ دے پاس رہ کیا دے میں صدیا ہے وال والے مڑ کے نہیں دے دے ہو جانے کیا ظلم تھیا جڑا کلمہ نے مدینے چ پڑھیا او لگدا ہے اج بھول گیا پچھلے نیوے بیٹھے جس دے کیونکہ مجھے اکھن چلیٹے انہیں دوئے ہاتھ بلاد کر کے ہائے رہی بہت بڑے مہربانی تھوڑی زندگی میں سدا سمجھنا ہاں بھائی میں سدیا ہے ول والی ہے مڑ کے نہیں دے دے او جانے کیا ظلم تھیا جڑا کلمہ نے مدینے چ پڑھیا او لگدا ہے اج بھول گیا لنگر گائے سارا کھا تو یا اللہ
ਮੈਂ ਬੇਰਾਵਾ ਦੀ ਮੰਗੀ ਕਸੀਦਾ ਪੜੇ ਕਿ ਜਲਦਤ ਹੋਵੇ ਲਾਲਾ ਤੇ ਕੋ ਸਮਝ ਲੱਗਦੀ ਤਾਂ ਥੋੜੇ ਦਿਨ ਤੇ ਲਗਾ ਉਹਨਾਂ ਦਾ ਪਰਾਇ ਸਹੀ ਹੁੰਦਾ ਆਪਣਾ ਏ لیکن دو سبزہ بزرگاں دیا سونی سلوات پڑھو میں کسی کا سناواں زندگی میں سدرا سمجھ سانی سدا پیش کرنا چاہنا علی
ਲੰਬੀਆਂ ਤੋਲੇ ਤੇ ਰਾਤੀ ਹੋਵੇ ਬਾਈ ਬਾਬਾ ਯਾਦ ਨਿਸ਼ਾਮੀ ਹਯਾ ਮਾਮਲਾ ਦੁਆ ਖਿੰਨ ਪਰਦਾ ਜੇ ਮਾਤਮ ਕੋ ਨਹੀਂ ਤਾਂ ਕੀ ਸਭ ਸੋਹਣੀਆਂ ਦੇ ਨਾਂ ਤੇ ਜੀ ਰਾਸ਼ਤ ਨਿਕਾ ਪਈ ਬਾਬਾ ਜਾਨ ਹਜੂਮ ਤਰੀਕਾ ਪਈ ਮਜ਼ਦੂਰ ਜੋ ਆਈ ਦਿਲ ਘਬਰਾ ਗਿਆ ਉੱਚਾ ਹੋਗੇ ਅਲੀ ਦੀ ਖਾਲਕ ਮਾਲਕ ਦੇ ਬਸ ਦੇ ਗਿਆ ਦੀ ਮੈਂ ਨਮਾਜ਼ੀ ਸੋਹਣੀ ਮੁਕਾਨ ਜੀ ਬਾਬਾ ਜਾਨ ਮੈਂ ਨੌਕਰਾ ਮੈਂ ਨਮਾਜ਼ੀ ਦੀ ਭਾਏ ਸਦਕੇ ਸਦਕੇ ਧੀਆਂ ਦੇ ਪਰਦੇ ਹੋਵੇ ਚਾਦਰ ਦੇ ਮੈਂ ਅਲੀ ਦੀ ਧੀਆਂ ਕਲੋ ਸਵਾਲਾ ਮੇਰਾ ਬਾਸ ਮੰਗਦੀ ਜੋ ਲਈਏ ਚਾਦਰ ਮਿਲੀ ਆ ਜਾਂ ਕੋਈ ਨਾ ਮੈਂ ਕੁਮੀ ਮਰਦੀ ਕਸਮ ਹੈ ਨਸਰਾਨੀਆਂ ਦਾ ਮਹੱਲਾ ਆਇਆ ਇੱਕ ਚਾਦਰ ਮਿਲੀ ਹੈ ਅੱਜਾ ਮੇਰੀ ਸੈਰ ਸਾਲ ਦੇ ਪਾਦੀ ਕੋਈ ਨਹੀਂ ਮੁਸਲਮਾਨ ਜ਼ੁਲਮ ਨਾ ਲਾਈਏ ਸਦਕੇ ਸਦਕੇ ਜੀ ਬਿਸਮਿਲਲਾ ਮੈਂ ਨੌਕਰ ਇਹ ਮੰਦਰ ਗਏ ਰਿਠਾ ਬਾਬਾ ਜਾਨ ਜਦਾ ਮੌਲ ਸਜਾ ਦੇ ਮੰਦਰ ਦਿੱਟੇ ਮੂੰਹ ਤੇ ਮਾਤਮ ਕਰੇਂ ਦੋਇਆ ਬਾਬੇ ਦੇ ਕੋਲ ਸਾਂਗ ਤਲਿਆ ਖੜੇ ਹੱਕਰ ਮਾਰ ਕੇ ਦੇ ਬਾਬਾ ਮੰਗਿਆ ਦੁਆ ਸ਼ਾਲਾ ਸਜਾਦ ਮਾਰਵਾਂਗੇ ਸਦਕੇ ਸਦਕੇ ਸਯਾਦਾ ਦੇ ਸਜਾਦ ਬਜੜਾ ਅਕਬਰ ਕੋ ਬਲਛੇ ਲੱਗੀ ਹੈ ਮੌਤ ਨੇ ਵੀ ਮੰਗੀ ਕਾਸਿਮ ਜੀ ਦਾ ਹੱਥ ਘੋੜੇ ਭੱਜ ਗਏ ਮੌਤ ਨੇ ਵੀ ਮੰਗੀ ਤੇਰੀ ਭੈਣ ਮਾਸੂਮਾਂ ਦੇ ਦੁਆ ਜ਼ੁਲਮ ਨਾਲ ਲਾਏ ਨੇ ਮੌਤ ਨੇ ਵੀ ਮੰਗੀ ਹੁਣ ਕਿਉਂ ਮੰਗਦਾ ਹੈ ਉੱਚਾ ਉਹਨੇ ਮੇਰੇ ਇਮਾਮ ਬਾਬੇ ਦੇ ਪਾਸ ਰਹਿ ਕੇ ਕਿਹੜੀ ਗੱਲ ਕੀਤੀ
ਦੀ ਕਸਮ ਹੈ ਅਲੀ ਦੀ ਧੀ ਕੋ ਉਹ ਦਾ ਨਿਟਾਏ ਜਿਹਦੇ ਸਹਾਲਤ ਵਤਨ ਛੋੜੀ ਵਧੀ ਆਈ ਭਾਈ ਜਾਨ ਮੌਲਾ ਬਾਦ ਸਰ ਪਰਵਾਜ਼ ਕੀਤਾ ਹੈ ਬੀਬੀ ਆਲੀਆ ਦੇ ਸਰ ਤੇ ਆਏ ਹੱਕਰ ਮਾਰ ਕੇ ਆਉਂਦਾ ਆਲੀਆ ਭਾਈ ਮੈਂ ਸਦਕੇ ਥੀ ਮੈਂ ਜਿਹੜੇ ਮਾਤਮ ਕਰਨ ਆਇਓ ਆਲੀਆ ਭੈਣ ਰੋਂਦੀ ਕਿਉਂ ਹੈ ਮੇਰੀ ਸੈਰ ਰੋਣੀ ਹੈ ਵਿਆਹ ਦੇ ਪਾਸ ਰਹਿ ਕੇ ਦੀ ਆਵਾਜ਼ ਕਿਉਂ ਨੇ ਸਮਾਂ ਸਾਰੇ ਰਾਹੇ ਕਮੀ ਹੈ ਨਾ ਰੋਏ ਦਾਰੀ ਹੈ ਸਾਰੇ ਮਾਤਮ ਕਰਨੇ ਹੈ ਨਾ ਰੋਏ ਦਾਰੀ ਹੈ ਮੈਂ ਜੋ ਚਾ ਚਾ ਕੇ ਬੋਲ ਕੇ ਦਿਖੇ ਨਾ ਹੈ ਜਾਣਦਾ ਜੀ ਬਿਸਮਿਲ੍ਲਾ ਮੈਂ ਨੌਕਰਾ ਜੇ ਸੁਣਦਾ ਤਾਂ ਮੈਂ ਅਗਲਾ ਮੈਂ ਸੁਣਾਉਣਾ ਚਾਹੁੰਦਾ ਮੈਂ ਗੁਮਿੰਬਰ ਦੀ ਕਸਮ ਹੈ ਤੁਸਾਂ ਸੌਖੀ ਅਜ਼ਾਨ ਸੁਣੀਏ ਬਾਬਾ ਜਾਨ ਤਾਂ ਖੜੀਏ ਜਿੱਥਾ ਆਵਣ ਦੇ ਕਾਬਿਲ ਨਾ ਹੋਈ ਜੀ ਬਿਸਮਿਲ੍ਲਾ ਮੈਂ ਨੌਕਰ ਜੰਮਨ ਦਾ ਵਸਦਾ ਇੱਕ ਤਾਜੇ ਰੇ ਇਹਦੇ ਐਲਾਨ ਹੋਇਆ ਜੇ ਬਾਗੀ ਦੀਆਂ ਭੈਣਾਂ ਕੈਦ ਹੋ ਕੇ ਬਲਾਈ ਜਾ ਗਈਆਂ ਅੱਜ ਲੋਕਾਂ ਕੋ ਦੌੜਦਾ ਡਿੱਠਾ ਮੈਂ ਵੀ ਦੌੜ ਪਿਆ ਅੱਜ ਕੀਆਂ ਦਾ ਹਾਲਤ ਕਿਹੜੀ ਹੈ ਕੁਝ ਸਾਰੀ ਜਿਹੜੇ ਸੰਗਤ ਕੁਰਾਨ ਪੜ੍ਹਦੇ ਕੁਝ ਬੀਬੀਆਂ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਰੱਸੀਆਂ ਯਮਨੀਆਂ ਦਾ ਮੈਂ ਕੋਈ ਸ਼ੌਕ ਪੈਦਾ ਹੋਇਆ ਜਿਹੜਾ ਕੁਰਾਨ ਦਾ ਪੜ੍ਹਦਾ ਮੈਂ ਕੋਈ ਗੱਲ ਕੀਤੀ ਜਵਾਬ ਦੇ ਹੋਦੇ ਸੀ ਸੰਗ ਚ ਹੱਥ ਪਾ ਗਿਆ ਤੇ ਮੈਂ ਕੋਈ ਦੱਸ ਕਿੱਥੋਂ ਦਾ ਵਸਦਾ ਸਦਕੇ ਸਦਕੇ ਸਯਦਾ ਦੇ ਮਦੀਨਾ ਆਦੇ ਮਦੀਨੇ ਦਾ ਵਸਦੇ ਮੈਂ ਗੁੜਾ ਸਾ ਪੁੱਤ ਕਹਿਣਾ ਹੈ ਸਯਦਾ ਦੇ ਮੈਂ ਬਤੂਲ ਦਾ ਪੁੱਤ ਆ ਆਦੇ ਅੱਲਾ ਮਾਨ ਕਰ ਬਤੂਲ ਦਾ ਪੁੱਤ ਹੈ ਕੁਸ ਦਾ ਲੈ ਛੁੜਾਇਆ ਕਹਿਣਾ ਹੋਈ ਉੱਚਾ ਨਾ ਮੇਰੇ ਮਾਂ ਲੋਕ ਕਹਿੰਦੇ ਯਮਨੀ ਕਹਿੰਦੇ ਸਵਾ ਮੈਂ ਤੇਰਾ ਜ਼ਬਾਨਾ ਉਹ ਮੇਰੀ ਭੈਣ ਕੁਰਾਨ ਦੇਖੇਂਦੇ ਹਏ ਮੈਂ ਤੇ ਮਾਤਮ ਕਰ ਜ਼ਬਾਨਾ ਇਲਾਹੀ ਵਾਹ ਕੇ ਮੁਹੰਮਦ ਵਾਲੇ ਮੁਹੰਮਦ ਪੁਰਸ਼ਾ ਕਬੂਲ ਮਨਜ਼ੂਰ ਫਰਮਾ ਬਿਮਾਰਾਨ ਖੁਸ਼